ਜਿਹੜਾ ਬਰਗਾੜੀ ਕਾਂਡ ਹੋਇਆ ਜਦੋਂ ਬੇਅਦਬੀ ਹੋਈ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ, ਉਹਦੇ ਦੋਸ਼ੀਆਂ ਦੇ ਵਿੱਚੋਂ ਇੱਕ ਨੂੰ ਬੰਗਲੌਰ ਦੇ ਵਿੱਚ ਵੀ ਫੜ ਲਿਆ ਗਿਆ। ਇਹ ਖਬਰ ਕੱਲ ਅੱਗ ਦੀ ਨਾਲ ਵਾਂਗ ਫੈਲੀ ਤੇ ਨਾਲ ਦੀ ਨਾਲ ਉਹ ਚਰਚਾ ਜਿਹੜੀ ਆਪਾਂ ਵੀ ਇੱਥੇ ਕੀਤੀ ਕਿ ਹੋ ਸਕਦਾ ਇਹਨੂੰ ਫੜ ਕੇ ਬਾਕੀ ਦੋ ਕੱਢ ਦਿੱਤੇ ਗਏ ਹੋਣ, ਨਵਾਂ ਹੀ ਚੰਦ ਚਾੜ ਦਿੱਤਾ ਸਰਕਾਰ ਨੇ। ਜਦੋਂ ਅੱਜ ਜਿਹੜੀ ਪੰਜਾਬ ਦੀ ਪੁਲਿਸ ਉੱਥੇ ਗਈ ਆ ਬੰਗਲੌਰ, ਉਹਨਾਂ ਨੇ ਜਾ ਕੇ ਕਹਿਤਾ ਉਹ ਬੰਦਾ ਹੀ ਨਹੀਂ, ਉਹ ਕਹਿੰਦੇ ਇਹ ਤਾਂ ਬੰਦਾ ਹੀ ਹੋਰ ਕੋਈ ਫੜੀ ਬੈਠੇ। ਬੇਅਦਬੀਆਂ ਦਾ ਦੋਸ਼ ਵਿੱਚ ਜਿਹਨੂੰ ਮਰੇਟਾ, ਜਿਹੜੇ ਮਰੇਟੇ ਨੂੰ ਕੱਲ੍ਹ ਫੜਿਆ ਸੀ ਉਹਦੀ ਗੱਲ ਬਾਰੇ ਅੱਜ ਸਰਕਾਰ ਮੁੱਕਰ ਚੁੱਕੀ ਆ। ਉਹ ਕਹਿੰਦੇ ਜੀ ਇਹ ਤਾਂ ਕੋਈ ਦਿੱਲੀ ਦਾ ਹੋਰ ਲਾਰਾ ਆ, ਇਹ ਤਾਂ ਐਵੇਂ ਧੋਖੇ ਨਾਲ ਗਲਤੀ ਨਾਲ ਫੜਿਆ ਗਿਆ। ਭਾਰਤ ਸਰਕਾਰ ਦਾ, ਖੁਫੀਆ ਏਜੰਸੀਆਂ ਦਾ ਇੰਨਾ ਚਹੇਤਾ ਬੰਦਾ ਜਿਹਨੇ ਪੂਰੀ ਸਿੱਖ ਕੌਮ ਨੂੰ ਬਿਰਤਾ ਪਾਈ ਹੋਵੇ, ਉਹਨੂੰ ਐ ਕਿਵੇਂ ਫੜ ਲੈਣਗੇ? ਤੁਹਾਡੀ ਹੋਵੇ ਸਰਕਾਰ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਚੋਰੀ ਕਰਕੇ ਉਹ ਗਲੀਆਂ 'ਚ ਖਿਲਾਰਨ ਦੀ ਦੇਣ ਧਮਕੀ, ਤੇ ਸਿੱਧਾ ਸ਼ਰੇਆਮ ਪਤਾ ਹੋਵੇ ਸਾਰੀ ਦੁਨੀਆਂ ਨੂੰ, ਸੋਸ਼ਲ ਮੀਡੀਆ ਦੇ ਉੱਤੇ ਉਹ ਪੋਸਟਰਾਂ ਦੀਆਂ ਫੋਟੋਆਂ ਘੁੰਮ ਰਹੀਆਂ ਹੋਣ, ਕਿਸੇ ਅਕਾਲੀ ਨੂੰ ਸੁਰਤ ਨਹੀਂ ਆਈ, ਕਿਸੇ ਪੁਲਿਸ ਵਾਲੇ ਨੂੰ ਖਿੱਚ ਕੇ ਕਾਨੂੰਨਾਂ ਨੇ ਨਹੀਂ ਕਿਹਾ ਕਿ ਭਾਈ ਜਾ ਕੇ ਪਹਿਲਾਂ ਉਹਨਾਂ ਨੂੰ ਫੜੋ ਜਿਹਨਾਂ ਦਾ ਨਾਂ ਲਿਖਿਆ ਹੋਇਆ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਆਪਾਂ ਇੱਕ ਖਬਰ ਜਿਹੜੀ ਸੀਗੀ, ਜਿਹੜੀ ਅੱਜ ਸਾਰੇ ਇੱਥੇ ਅਖਬਾਰਾਂ 'ਚ ਵੀ ਛਪੀ ਹੈ, ਉਹ ਸਾਂਝੀ ਕੀਤੀ ਸੀ ਵੀ ਜਿਹੜਾ ਬਰਗਾੜੀ ਕਾਂਡ ਹੋਇਆ ਜਦੋਂ ਬੇਅਦਬੀ ਹੋਈ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ, ਉਹਦੇ ਦੋਸ਼ੀਆਂ ਦੇ ਵਿੱਚੋਂ ਇੱਕ ਨੂੰ ਬੰਗਲੌਰ ਦੇ ਵਿੱਚ ਵੀ ਫੜ ਲਿਆ ਗਿਆ। ਇਹ ਖਬਰ ਕੱਲ ਅੱਗ ਦੀ ਨਾਲ ਵਾਂਗ ਫੈਲੀ ਤੇ ਨਾਲ ਦੀ ਨਾਲ ਉਹ ਚਰਚਾ ਜਿਹੜੀ ਆਪਾਂ ਵੀ ਇੱਥੇ ਕੀਤੀ ਕਿ ਹੋ ਸਕਦਾ ਇਹਨੂੰ ਫੜ ਕੇ ਬਾਕੀ ਦੋ ਕੱਢ ਦਿੱਤੇ ਗਏ ਹੋਣ, ਜਾਂ ਜਿਹੜਾ ਅਦਿੱਤਿਆ ਇਨਸਾਨ ਡੇਰਾ ਸਰਸੇ ਵਾਲਿਆਂ ਦਾ ਸਭ ਤੋਂ ਖਤਰਨਾਕ ਵਿਅਕਤੀ ਵੀ ਉਹਨੂੰ ਕੱਢ ਦਿੱਤਾ ਗਿਆ ਹੋਵੇ। ਕਿਉਂਕਿ ਸਾਡੇ ਕੋਲ ਇਸ ਤਰੀਕੇ ਦੀਆਂ ਦਲੀਲਾਂ ਨੇ, ਤਰਕ ਨੇ, ਆਧਾਰ ਨੇ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਇਹ ਆਮ ਸ਼ਬਦਾ ਚੱਲਦਾ ਵੀ ਠੀਕ ਆ ਜੀ, ਤੁਸੀਂ ਜੇਕਰ 10 ਕਿਲੋ ਹੈਰੋਇਨ ਜਾਂ ਚਿੱਟਾ ਮਾਲ ਲੰਘਾਉਣਾ ਹੈ ਤਾਂ ਸਾਨੂੰ 2 ਕਿਲੋ 1 ਕਿਲੋ ਦੇ ਦਿਓ, 2-4 ਬੰਦੇ ਦੇ ਦਿਓ, ਸਾਡਾ ਵੀ ਕੰਮ ਚੱਲਦਾ ਰਹੇ ਤੇ ਤੁਹਾਡਾ ਵੀ ਕੰਮ ਚੱਲਦਾ ਰਹੇ। ਉਹ ਇਹੋ ਜਿਹੇ ਸੌਦੇ ਜਿਹੜੇ ਆ ਉਹ ਪਹਿਲਾਂ ਵੀ ਇੱਥੇ ਵੱਜਦੇ ਰਹੇ ਆ ਤੇ ਸਾਨੂੰ ਖਦਸ਼ਾ ਸੀ ਕਿ ਇਹ ਜਿਹੜਾ ਕੱਲ੍ਹ ਵਾਲੀ ਕਹਾਣੀ ਆ ਵੀ ਇਹ ਕੋਈ ਏਦਾਂ ਦੀ ਨਿਕਲੂਗੀ, ਪਰ ਸਾਡੇ ਦਰਸ਼ਕਾਂ ਨੂੰ ਸਮੇਤ ਸਾਡੇ, ਅਸੀਂ ਵੀ ਇਸ ਗੱਲ ਤੋਂ ਹੱਕੇ ਬੱਕੇ ਹਾਂ, ਹੈਰਾਨ ਪਰੇਸ਼ਾਨ। ਨਵਾਂ ਹੀ ਚੰਦ ਚਾੜ ਦਿੱਤਾ ਸਰਕਾਰ ਨੇ। ਜਦੋਂ ਅੱਜ ਜਿਹੜੀ ਪੰਜਾਬ ਦੀ ਪੁਲਿਸ ਉੱਥੇ ਗਈ ਆ ਬੰਗਲੌਰ, ਉਹਨਾਂ ਨੇ ਜਾ ਕੇ ਕਹਿਤਾ ਉਹ ਬੰਦਾ ਹੀ ਨਹੀਂ, ਉਹ ਕਹਿੰਦੇ ਇਹ ਤਾਂ ਬੰਦਾ ਹੀ ਹੋਰ ਕੋਈ ਫੜੀ ਬੈਠੇ। ਤੋ ਜਿਹੜਾ ਆਪਾਂ ਕੱਲ੍ਹ ਖਦਸ਼ਾ ਜ਼ਾਹਿਰ ਕਰਦੇ ਸੀ ਕਿ ਇਹ ਕਿਵੇਂ ਹੋ ਗਿਆ ਵੀ ਉਹਨੂੰ ਫੜ ਲਿਆ, ਕਿਉਂਕਿ ਉਹ ਤਾਂ ਭਾਰਤ ਸਰਕਾਰ ਦਾ, ਖੁਫੀਆ ਏਜੰਸੀਆਂ ਦਾ ਇੰਨਾ ਚਹੇਤਾ ਬੰਦਾ ਜਿਹਨੇ ਪੂਰੀ ਸਿੱਖ ਕੌਮ ਨੂੰ ਬਿਰਤਾ ਪਾਈ ਹੋਵੇ, ਉਹਨੂੰ ਐ ਕਿਵੇਂ ਫੜ ਲੈਣਗੇ? ਸੋ ਬੇਅਦਬੀਆਂ ਦਾ ਦੋਸ਼ ਵਿੱਚ ਜਿਹਨੂੰ ਮਰੇਟਾ, ਜਿਹੜੇ ਮਰੇਟੇ ਨੂੰ ਕੱਲ੍ਹ ਫੜਿਆ ਸੀ ਉਹਦੀ ਗੱਲ ਬਾਰੇ ਅੱਜ ਸਰਕਾਰ ਮੁੱਕਰ ਚੁੱਕੀ ਆ। ਉਹ ਕਹਿੰਦੇ ਜੀ ਇਹ ਤਾਂ ਕੋਈ ਦਿੱਲੀ ਦਾ ਹੋਰ ਲਾਰਾ ਆ, ਇਹ ਤਾਂ ਐਵੇਂ ਧੋਖੇ ਨਾਲ ਗਲਤੀ ਨਾਲ ਫੜਿਆ ਗਿਆ। ਸੋ ਅੱਜ ਨਾਲ ਦੀ ਨਾਲ ਇਹ ਖਬਰ ਜਿਹੜੀ ਆ ਚੱਲ ਰਹੀ ਆ ਸਾਰੇ ਪਾਸੇ, ਤੇ ਸਰਕਾਰ ਦੀ ਬੇਸ਼ੱਕ ਦੀ ਬੜੀ ਕਿਰਕਿਰੀ ਹੋ ਗਈ, ਬੜਾ ਜੀ ਜਲੂਸ ਨਿਕਲ ਗਿਆ, ਪਰ ਇਹਨਾਂ ਨੂੰ ਇਹਨਾਂ ਗੱਲਾਂ ਦਾ ਕੀ ਫਰਕ ਪੈਂਦਾ? ਇਹਨਾਂ ਦੀ ਤਾਂ ਇੰਟਰਨੈਸ਼ਨਲ ਲੈਵਲ ਤੇ ਜਦੋਂ ਕਿਰਕਿਰੀ ਹੁੰਦੀ ਆ ਉਦੋਂ ਨਹੀਂ ਸ਼ਰਮ ਮੰਨਦੇ। ਤੁਹਾਡੇ ਸਾਹਮਣੇ ਆ ਵੀ ਪਿਛਲੇ ਦਿਨੀ ਆਸਟ੍ਰੇਲੀਆ ਦੇ ਵਿੱਚ ਕੁਛ ਹਿੰਦੂ ਜਿਹੜੇ ਆ ਉਹ ਫੜੇ ਗਏ, ਜਿਹੜੇ ਮੰਦਰਾਂ ਦੇ ਉੱਤੇ ਆਪ ਹੀ ਪੁੱਠੀਆਂ ਸਿੱਧੀਆਂ ਗੱਲਾਂ ਲਿਖਦੇ ਸੀਗੇ, ਤੇ ਉਹਨਾਂ ਨੂੰ ਫੜ ਕੇ ਜਦੋਂ ਸਾਰੀ ਗੱਲ ਨੰਗੀ ਹੋ ਗਈ, ਇਹਦੇ ਬਾਵਜੂਦ ਅੱਜ ਜਦੋਂ ਮੋਦੀ ਸਾਹਿਬ ਉੱਥੇ ਗਏ ਆ ਤਾਂ ਖਬਰ ਆ ਰਹੀ ਆ ਵੀ ਉਹਨਾਂ ਨੇ ਉੱਥੇ ਸਰਕਾਰੀ ਪੱਧਰ ਦੇ ਉੱਤੇ ਇਹ ਗੱਲ ਆਖੀ ਆ ਕਿ ਜੀ ਜਿਹੜੇ ਖਾਲਿਸਤਾਨੀ ਤੱਤ ਨੇ ਉਹ ਮੰਦਰਾਂ ਦੇ ਉੱਤੇ ਇੱਥੇ ਕੁਛ ਲਿਖਦੇ ਕਰਦੇ ਆ, ਬੜਾ ਮਾੜਾ ਕਰਦੇ ਆ, ਬੜਾ ਭੈੜਾ ਕਰਦੇ ਆ। ਹਾਲਾਂਕਿ ਸਾਰੀ ਦੁਨੀਆਂ 'ਚ ਇਹ ਗੱਲ ਫੈਲ ਚੁੱਕੀ ਆ ਵੀ ਕੈਨੇਡਾ, ਆਸਟ੍ਰੇਲੀਆ ਤੇ ਹੋਰਨਾਂ ਮੁਲਕਾਂ ਦੇ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਇਹ ਜਿਹੜੇ ਹਿੰਦੂ ਕੱਟੜਪੰਥੀ ਆ ਆਪ ਹੀ ਮੰਦਰਾਂ ਦੇ ਉੱਤੇ ਇਹੋ ਜਿਹਾ ਕੁਛ ਕਰੀ ਜਾਂਦੇ ਆ। ਔਰ ਇਹ ਕਰਤੂਤਾਂ ਜਿਹੜੀਆਂ ਇਹਨਾਂ ਲਈ ਨਵੀਆਂ ਨਹੀਂ, ਇੱਥੇ ਪੰਜਾਬ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਝੂਠੇ ਮੁਕੱਦਮਿਆਂ 'ਚ ਫਸਾਉਣ ਦੇ ਲਈ ਜਾਂ ਆਪਦੀ ਸਿਕਿਉਰਿਟੀ ਲੈਣ ਦੇ ਲਈ ਅਕਸਰ ਹੀ ਹਿੰਦੂ ਕੱਟੜਪੰਥੀ ਜਿਹੜੇ ਆ ਆਪਦੇ ਉੱਤੇ ਆਪ ਹੀ ਹਮਲੇ ਕਰਵਾਉਂਦੇ ਫੜੇ ਗਏ ਆ।
कई पुलिस अफसर ने यह गल्लां नंगियां कीतियां ने कि यह हमला जाली आ, इन्हां ने अपने आप उत्ते आप ही किया। मैनू चेते आ कि जिस साल करोना आया उस साल भी एक इहो जिहा पंगा पिया सी। सानू सारिआं नू जिहड़े सिख संघर्ष नाल संबंधित रहे लोग हैं, सानू सारिआं नू फरवरी मार्च में सुनेहे लगन लग गए कि जी खन्ने दे विच इक हिंदू कट्टरपंथी आ, कोई गिरी गुरी करके उहदा नाम सीगा ਵੀ ਉਹਦੇ ਉੱਤੇ ਜੀ ਗੋਲੀ ਚੱਲੀ ਆ ਤੇ ਤੁਸੀਂ ਆ ਕੇ ਇੱਥੇ ਆਪਦੇ ਬਿਆਨ ਦੇ ਕੇ ਜਾਓ। ਬਹੁਤ ਸਾਰੇ ਸਾਡੇ ਭਰਾਵਾਂ ਨਾਲ ਜਿਹਨਾਂ ਨਾਲ ਮੇਰਾ ਰਾਬਤਾ ਸੀ ਉਹਨਾਂ ਨੂੰ ਪੁੱਛਿਆ ਕਿ ਜਾ ਵੀ ਆਏ ਵੀ ਖਹਿੜਾ ਛੱਡਾ ਛਡਾਉਣ ਦੇ ਲਈ ਬੰਦਾ ਡਰਦਾ ਚਲੇ ਹੀ ਜਾਂਦਾ ਵੀ ਹੋਰ ਨਾ ਕਿਸੇ ਗੱਲ ਚ ਉਲਝਾ ਲੈਣ। ਤੇ ਮੈਂ ਵੀ ਉੱਥੇ ਮੁਨਸ਼ੀ ਨੂੰ ਜਿਹਨੇ ਮੈਨੂੰ ਫੋਨ ਕੀਤਾ ਸੀ ਉਹਨੂੰ ਮੈਂ ਆਲੇ ਟੋਲੇ ਕਰੀ ਜਾਂਦਾ ਸੀਗਾ ਕਿ ਜਦ ਨੂੰ ਇੱਕਦਮ ਐਲਾਨ ਹੋ ਗਿਆ ਵੀ ਕਰੋਨਾ ਦੇ ਕਰਕੇ ਹੁਣ ਪਾਬੰਦੀਆਂ ਨੇ ਕਿਸੇ ਨੇ ਤੋਰਾ ਫੇਰਾ ਨਹੀਂ ਕਰਨਾ, ਫਿਰ ਮੈਂ ਉਲਟਾ ਉਹਨੂੰ ਮੁਨਸ਼ੀ ਨੂੰ ਫੋਨ ਕਰਾਂ ਵੀ ਦੱਸੋ ਜੀ ਕਿੱਦਣ ਆਈਏ। ਪਰ ਉਹਨੇ ਕਿਹਾ ਜੀ ਹੁਣ ਜਿੰਨਾ ਟਾਈਮ ਆ ਕਰੋਨਾ ਵਾਲਾ ਚੱਕਰ ਨਹੀਂ ਨਿਬੜਦਾ ਤੁਸੀਂ ਅਜੇ ਨਾ ਆਇਓ, ਅਸੀਂ ਬਾਕੀਆਂ ਨੂੰ ਵੀ ਮਨਾ ਕਰ ਰਹੇ ਹਾਂ। ਤੇ ਕਰੋਨਾ ਦੇ ਚੱਕਰ ਦੇ ਵਿੱਚ ਹੀ ਇਹ ਗੱਲ ਨੰਗੀ ਹੋ ਗਈ ਕਿ ਉਹਨੇ ਆਪਦੇ ਮੁੰਡੇ ਤੋਂ ਆਪਦੇ ਉੱਤੇ ਆਪ ਹੀ ਗੋਲੀ ਚਲਵਾਈ ਸੀ। ਸੋ ਉਹਦਾ ਮੁੰਡਾ ਵੀ ਫੜ ਲਿਆ, ਉਹਨੂੰ ਸਾਧ ਜੇ ਨੂੰ ਗਿਰੀ ਗਿਰੀ ਜਿਹਨੂੰ ਕਹਿੰਦੇ ਆ ਉਹਨੂੰ ਵੀ ਫੜ ਲਿਆ। ਤੇ ਬਾਅਦ ਵਿੱਚ ਉਹ ਨੰਬਰ ਦੇ ਉੱਤੇ ਅਸੀਂ ਫੋਨ ਕਰਕੇ ਸਾਰਿਆਂ ਨੇ ਮੇਰੇ ਸਮੇਤ ਕਈ ਸਿੰਘਾਂ ਨੇ ਉਸ ਮੁਨਸ਼ੀ ਨੂੰ ਕਿਹਾ ਵੀ ਭਰਾਵਾ ਸ਼ੁਕਰ ਆ ਉਹ ਫੜਿਆ ਗਿਆ ਤੇ ਜੇ ਇਹ ਕੰਮ ਨਾ ਹੁੰਦਾ ਤੁਸੀਂ ਸਾਡੇ ਵਿੱਚੋਂ ਕਿਸੇ ਨਾ ਕਿਸੇ ਨੂੰ ਟੰਗ ਦੇਣਾ ਸੀ। ਇਹ ਗੱਲਾਂ ਇੱਥੇ ਆਮ ਚੱਲਦੀਆਂ ਨੇ, ਇਹ ਹਿੰਦੂ ਤਵਿਆ ਦਾ ਹਿੰਦੂ ਤਵੀਆਂ ਦੀ ਇੱਕ ਸੋਚੀ ਸਮਝੀ ਸਕੀਮ ਆ ਕਿ ਆਪ ਹੀ ਕਰਤੂਤ ਕਰੋ ਤੇ ਬਾਅਦ ਵਿੱਚ ਕਿਸੇ ਸਿੱਖ ਨੂੰ ਫਸਾ ਦਿਓ। ਔਰ ਇਕੱਲੀ ਸਿੱਖਾਂ ਨੂੰ ਕਿਉਂ, ਆ ਜਿਹੜੇ ਮਾਲੇਗਾਓਂ ਤੇ ਹੋਰਨਾਂ ਥਾਵਾਂ ਦੇ ਉੱਤੇ ਬੰਬ ਧਮਾਕੇ ਹੋਏ, ਸਮਝੌਤਾ ਐਕਸਪ੍ਰੈਸ ਉੱਤੇ ਬਲਾਸਟ ਹੋਇਆ, ਇਹ ਸਾਰੇ ਧਮਾਕੇ ਉਦੋਂ ਸਾਧਵੀ ਪ੍ਰਗਿਆ ਕਰਨਲ ਪੁਰੋਹਿਤ ਤੇ ਅਸੀਮਾ ਆਨੰਦ ਵਾਲੇ ਬ੍ਰਿਗੇਡ ਨੇ ਕੀਤੇ ਸੀ। ਪਰ ਇਹਨਾਂ ਸਾਰਿਆਂ ਦੇ ਲਈ ਦੋਸ਼ੀ ਮੰਨਿਆ ਗਿਆ ਮੁਸਲਮਾਨਾਂ ਨੂੰ, ਬੜੀ ਵੱਡੀ ਗਿਣਤੀ ਵਿੱਚ 15-20 ਮੁਸਲਮਾਨ ਜਿਹੜੇ ਸੀਗੇ ਨੌਜਵਾਨ ਉਹਨਾਂ ਨੂੰ ਸਜ਼ਾਵਾਂ ਤੱਕ ਕਰਵਾ ਦਿੱਤੀਆਂ। ਇਸੇ ਸਮੇਂ ਦੌਰਾਨ ਜਿਹੜਾ ਅਸੀਮਾ ਆਨੰਦ ਸੀ ਉਹਨੂੰ ਕਿਸੇ ਤਰੀਕੇ ਨਾਲ ਦਿਲ ਤੇ ਬੋਝ ਪੈ ਗਿਆ, ਕਹਿੰਦੇ ਜੀ ਉਹਨੇ ਫਿਰ ਇਹ ਸਾਰੀ ਗੱਲ ਮੀਡੀਆ ਨੂੰ ਆਊਟਲੁੱਕ ਮੈਗਜ਼ੀਨ ਤੇ ਛਪੀ, ਹੋਰਨਾਂ ਵੀ ਕਈ ਚੈਨਲਾਂ ਦੇ ਉੱਤੇ ਗੱਲ ਆਈ ਕਿ ਕਿਵੇਂ ਉਹਨੇ ਦੱਸਿਆ ਕਿ ਇਹ ਵਾਰਦਾਤਾਂ ਅਸੀਂ ਹਿੰਦੂ ਤਵੀਆਂ ਨੇ ਕੀਤੀਆਂ ਨੇ। ਪਰ ਇਸ ਮੁਲਕ ਦਾ ਸਿਸਟਮ, ਇਸ ਮੁਲਕ ਦੀ ਪੁਲਿਸ ਮੁਸਲਮਾਨ ਨੌਜਵਾਨਾਂ ਨੂੰ ਟੰਗੀ ਫਿਰਦੀ ਸੀ। ਇਸ ਮੁਲਕ ਦੇ ਵਿੱਚ ਬੜੀ ਵੱਡੀ ਗਿਣਤੀ ਵਿੱਚ ਇਹੋ ਜਿਹੇ ਕੈਦੀ ਨੇ ਜਿਨ੍ਹਾਂ ਨੇ ਉਹ ਜੁਰਮ ਕੀਤਾ ਹੀ ਨਹੀਂ ਤੇ 15-15-20-20 ਸਾਲ ਬਾਅਦ ਉਸ ਬੰਦੇ ਨੂੰ ਰਿਹਾ ਕਰ ਦਿੰਦੇ ਆ। ਉਹ ਬੰਦਾ ਵਿਚਾਰਾ ਜਾ ਕੇ ਪਿੱਟਦਾ ਫਿਰਦਾ ਕਿ ਮੇਰੇ ਨਾਲ ਨਜਾਇਜ਼ ਹੋਈ, ਪਰ ਉਹਦੇ ਜਵਾਨੀ ਦੇ ਕੀਮਤੀ ਸਾਲ ਜਿਹੜੇ ਆ ਇਸ ਤਰੀਕੇ ਨਾਲ ਗਾਲ ਦਿੱਤੇ ਜਾਂਦੇ। ਇਸ ਮੁਲਕ ਦਾ ਬਾਬਾ ਆਦਮ ਨਿਰਾਲਾ ਹੀ ਆ, ਬੜੀ ਵੱਡੀ ਗਿਣਤੀ ਵਿੱਚ ਇਸ ਮੁਲਕ ਦੀਆਂ ਜੇਲ੍ਹਾਂ ਦੇ ਵਿੱਚ ਇਹੋ ਜਿਹੇ ਕੈਦੀ ਵੀ ਬੈਠੇ ਆ ਜਿਹਨਾਂ ਨੂੰ ਅਦਾਲਤ ਨੇ ਜਿੰਨੀ ਸਜ਼ਾ ਦਿੱਤੀ ਸੀ ਉਹ ਭੁਗਤ ਚੁੱਕੇ ਆ, ਪਰ ਉਹਨਾਂ ਦੀ ਰਿਹਾਈ ਨਹੀਂ ਕੀਤੀ ਜਾ ਰਹੀ। ਕਿਉਂ? ਕਿਉਂਕਿ ਜੀ ਸਿਆਸੀ ਤੌਰ ਦੇ ਉੱਤੇ ਲਾਹਾ ਲੈਣਾ। ਸਾਡੀ ਆਪਦੀ ਕੌਮ ਦੇ ਬਹੁਤ ਸਾਰੇ ਇਹੋ ਜਿਹੇ ਸਿੰਘ ਨੇ ਜਿਨ੍ਹਾਂ ਨੂੰ ਬਣਦੀ ਸਜ਼ਾ ਭੁਗਤਣ ਤੋਂ ਬਾਅਦ ਵੀ ਰਿਲੀਜ਼ ਨਹੀਂ ਕੀਤਾ ਗਿਆ, ਉਹਨਾਂ ਨੂੰ ਛੱਡਿਆ ਨਹੀਂ ਗਿਆ। ਔਰ ਇਹ ਸਾਰੇ ਜਿਹੜੇ ਸਿੰਘ ਨੇ ਇਹ ਜਿਸ ਸਿੱਖ ਸੰਘਰਸ਼ ਦਾ ਹਿੱਸਾ ਰਹੇ ਨੇ, ਉਹ ਸਿੱਖ ਸੰਘਰਸ਼ ਨੂੰ ਸ਼ੁਰੂ ਜਿਹਨਾਂ ਲੋਕਾਂ ਨੇ ਕੀਤਾ, ਜਿਹਨਾਂ ਅਕਾਲੀਆਂ ਨੇ ਬਾਦਲ ਦਲ ਵਾਲਿਆਂ ਨੇ ਇਹ ਮਾਮਲਾ ਸ਼ੁਰੂ ਕੀਤਾ ਜਦੋਂ ਧਰਮ ਯੁੱਧ ਮੋਰਚਾ ਸ਼ੁਰੂ ਹੋਇਆ, ਅੱਜ ਉਹਨਾਂ ਨੂੰ ਯਾਦ ਚੇਤੀ ਨਹੀਂ ਹੈ। ਉਹ ਇਹਨਾਂ ਨੌਜਵਾਨਾਂ ਨੂੰ ਅੱਤਵਾਦੀ ਦੱਸਦੇ ਫਿਰਦੇ ਆ, ਸ਼ੋਸ਼ੇਬਾਜ਼ੀ ਡਰਾਮੇਬਾਜ਼ੀ ਬੜੀ ਕਰਦੇ ਆ ਵੀ ਅਸੀਂ ਵੀ ਬੜੀ ਚਿੰਤਾ ਕਰਦੇ ਹਾਂ, ਔਰ ਉਹ ਸਿਰਫ ਲੋਕਾਂ ਨੂੰ ਇਹ ਦਿਖਾਉਣ ਲਈ ਕਿ ਅਸੀਂ ਵੀ ਬੜੇ ਚਿੰਤਤ ਹਾਂ। ਹਕੀਕਤ ਸਾਰਿਆਂ ਨੂੰ ਪਤਾ ਹੀ ਹੈ। ਜਿਹੜਾ ਇਹ ਧਰਮ ਯੁੱਧ ਮੋਰਚਾ ਹੈ, ਜੇ ਇਹਦੀ ਗੱਲ ਕਰੀਏ, ਇਹ SYL ਨਹਿਰ ਜਾਂ ਇਉਂ ਕਹੀਏ ਕਿ ਪੰਜਾਬ ਦਾ ਪਾਣੀ ਲੁੱਟਣ ਦੇ ਜਿਹੜੇ ਜਗਾੜ ਇੰਦਰਾ ਬੀਬੀ ਨੇ ਬਣਾਏ, ਉਹਦੇ ਵਿਰੋਧ ਵਿੱਚ ਜਿਹੜਾ ਕਪੂਰੀ ਨਹਿਰ ਦਾ ਮੋਰਚਾ ਲੱਗਿਆ, ਉੱਥੋਂ ਗੱਲ ਵੱਧਦੀ ਵੱਧਦੀ ਅੱਗੇ ਨੂੰ ਤੁਰੀ ਸੀ, ਜਿਹਦੇ ਵਿੱਚ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਫਿਰ ਖਾਲਿਸਤਾਨ ਦਾ ਸੰਘਰਸ਼ ਆ ਗਿਆ। ਪਰ ਸ਼੍ਰੋਮਣੀ ਅਕਾਲੀ ਦਲ ਨੇ ਜਾਂ ਬਾਦਲ ਦਲ ਵਾਲਿਆਂ ਨੇ ਹਮੇਸ਼ਾ ਇਸ ਮਸਲੇ ਉੱਤੇ ਸਿਆਸਤ ਕੀਤੀ ਆ, ਸ਼ੋਸ਼ੇਬਾਜ਼ੀ ਕੀਤੀ ਆ, ਡਰਾਮੇਬਾਜ਼ੀ ਕੀਤੀ ਆ, ਪਰ ਗੱਲ ਕਿਸੇ ਕੰਡੇ ਬੰਨੇ ਲੱਗਣ ਨਹੀਂ ਦਿੱਤੀ। ਜਦੋਂ ਇਹ ਸਾਰੇ ਮਸਲੇ ਜਿਹੜੇ ਕਿ ਕਾਂਗਰਸ ਅਤੇ ਸਿੱਖ ਕੌਮ ਦੇ ਵਿਚਾਲੇ ਬਹੁਤ ਭਿਆਨਕ ਸਥਿਤੀ ਪੈਦਾ ਕਰਦੇ ਸੀ, ਉਹਨਾਂ ਨੂੰ ਹੱਲ ਕਰਾਉਣ ਦਾ ਟਾਈਮ ਆਇਆ ਜਦੋਂ ਮੋਦੀ ਤੋਂ ਪਹਿਲਾਂ ਵਾਜਪੇਈ, ਜਦੋਂ ਇਹਨਾਂ ਨੇ ਸਾਂਝੇ ਤੌਰ ਦੇ ਉੱਤੇ ਸਰਕਾਰ ਬਣਾਈ। ਪਰ ਇਹਨਾਂ ਨੇ 5-3 ਵਾਰੀ ਇੱਥੇ ਪੰਜਾਬ ਦੇ ਵਿੱਚ ਸਰਕਾਰ ਭੁਗਤ ਲਈ ਤੇ ਦਿੱਲੀ ਦੇ ਵਿੱਚ ਵੀ ਨਜ਼ਾਰੇ ਲਏ, ਪਰ ਕਦੇ ਉਹਨਾਂ ਮਸਲਿਆਂ ਦੇ ਉੱਤੇ ਚਰਚਾ ਨਹੀਂ ਕੀਤੀ। ਇੱਥੋਂ ਤੱਕ ਕਿ ਭਾਰਤ ਦਾ ਜਿਹੜਾ ਕਾਂਗਰਸ ਦਾ ਪ੍ਰਧਾਨ ਮੰਤਰੀ ਰਹਿ ਚੁੱਕੇ ਆ ਡਾਕਟਰ ਮਨਮੋਹਨ ਸਿੰਘ,
ਉਹ ਵੀ ਸਦਾ ਇਹੀ ਗੱਲ ਕਹਿੰਦਾ ਰਿਹਾ ਕਿ ਅੱਜ ਤੱਕ ਸਾਡੇ ਕੋਲੇ ਤਾਂ ਕਦੇ ਇਹ ਕੌਮ ਦੇ ਜਾਂ ਪੰਜਾਬ ਦੇ ਮਸਲੇ ਲਈ ਆਏ ਹੀ ਨਹੀਂ, ਇਹ ਜਦੋਂ ਵੀ ਆਉਂਦੇ ਆਪਦੇ ਕਿਸੇ ਝਮੇਲੇ 'ਚ ਹੀ ਆਉਂਦੇ ਆ। ਸੋ ਜਿਹੜਾ ਪੰਜਾਬ ਦੇ ਦਰਿਆਈ ਪਾਣੀਆਂ ਲੁੱਟਣ ਦਾ ਮਸਲਾ ਸੀ ਉਹ ਅੱਜ ਇੱਕ ਨਵੇਂ ਦੌਰ ਵਿੱਚ ਸ਼ਾਮਲ ਹੁੰਦਾ ਦਿਖ ਰਿਹਾ। ਕੱਲ ਵੀ ਆਪਾਂ ਚਰਚਾ ਕੀਤੀ ਸੀ, ਬੇਸ਼ੱਕ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਮੁਕਰ ਰਿਹਾ, ਪਰ ਇਹ ਗੱਲ ਪੱਕੀ ਆ ਕਿ ਪੰਜਾਬ ਦੇ ਪਾਣੀਆਂ ਦੀ ਲੁੱਟ ਖਸੁੱਟ ਜਿਹੜੀ ਪਹਿਲਾਂ ਹੀ ਲਗਾਤਾਰ ਜਾਰੀ ਆ ਉਹਦੇ ਵਿੱਚ ਹੋਰ ਵਾਧਾ ਹੋਣ ਜਾ ਰਿਹਾ ਕਿ ਰਾਜਸਥਾਨ ਨੂੰ ਖੁੱਲੇ ਦਿਲ ਨਾਲ ਪਾਣੀ ਜਿਹੜਾ ਹੈਗਾ ਉਹ ਦੇਣ ਦੇ ਇਹ ਵਾਅਦੇ ਕਰ ਚੁੱਕੇ ਆ, ਕਿਉਂਕਿ ਅਗਲਿਆਂ ਨੇ ਸਾਰੇ ਰਾਜਸਥਾਨ ਤੇ ਹਰਿਆਣੇ ਚ ਵੀ ਇਲੈਕਸ਼ਨ ਲੜਨੀ ਆ। ਦੇਖੋ ਕਮਾਲ ਦੀ ਗੱਲ ਕਿ ਜਿਹੜੇ ਭਾਜਪਾ ਵਾਲੇ ਨੇ ਉਹ ਕਹਿੰਦੇ ਆ ਅਸੀਂ ਪੰਜਾਬ ਦੀਆਂ ਮੰਗਾਂ ਜਾਂ ਪੰਜਾਬ ਦੇ ਹੱਕਾਂ ਤੋਂ ਕੀ ਲੈਣਾ, ਅਸੀਂ ਤਾਂ ਹਰਿਆਣੇ ਹਿਮਾਚਲ ਤੇ ਹੋਰਨਾਂ ਥਾਵਾਂ ਤੇ ਵੋਟਾਂ ਲੈਣੀਆਂ ਨੇ। ਇਹੀ ਗੱਲ ਕਾਂਗਰਸ ਕਹਿੰਦੀ ਰਹੀ, ਇਹੀ ਗੱਲ ਹੁਣ ਆਮ ਆਦਮੀ ਪਾਰਟੀ ਕਰਨ ਲੱਗ ਗਈ। ਸਾਡੇ ਕੋਲੇ ਲੈ ਦੇ ਕੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਜਿਸ ਤਰੀਕੇ ਨਾਲ ਸਾਨੂੰ ਜਲੀਲ ਕੀਤਾ, ਜਿਸ ਤਰੀਕੇ ਨਾਲ ਸਾਨੂੰ ਹਰਾਇਆ, ਉਹਦਾ ਦੋਸ਼ ਸਿੱਧੇ ਤੌਰ ਦੇ ਉੱਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਉਹਦੇ ਲਾਣੇ ਉੱਤੇ ਆ, ਜਾਂ ਜਿਹੜੇ ਉਹਦੇ ਅੱਜ ਵੀ ਹਮ ਪਿਆਲਾ ਹਮਨ ਵਾਲਾ ਹੋਏ ਹੋਏ ਨੇ ਉਹਨਾਂ ਸਹਿਰਾ, ਤੇ ਅੱਜ ਦੀ ਤਰੀਕ ਵਿੱਚ ਇਹ ਆਪਸ ਵਿੱਚ ਹੀ ਖਖੜੀਆਂ ਕਰੇਲੇ ਹੋਏ ਨੇ, ਅੱਜ ਦੀ ਤਰੀਕ ਇੱਕ ਦੂਜੇ ਤੇ ਇਲਜ਼ਾਮ ਦਰਾਜੀਆਂ ਕਰਦੇ ਨੇ, ਪਰ ਇਹ ਗੱਲ ਤਾਂ ਇਸ ਮਸਲੇ ਦਾ ਹੱਲ ਨਹੀਂ ਹੈ। ਬੇਸ਼ੱਕ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਇੱਕ ਨਵਾਂ ਅਕਾਲੀ ਦਲ ਬਣ ਜੇ ਜਿਵੇਂ ਢੀਂਡਸਾ ਬਣਾਈ ਫਿਰਦਾ, ਕਿਉਂਕਿ ਇਹ ਇੱਥੇ ਚਰਚਾ ਚੱਲ ਰਹੀ ਆ ਕਿ 3 ਜੂਨ ਨੂੰ ਬੀਬੀ ਜਗੀਰ ਕੌਰ ਵੱਲੋਂ ਕੋਈ ਨਵਾਂ ਅਕਾਲੀ ਦਲ ਐਲਾਨਿਆ ਜਾ ਸਕਦਾ। ਇਹ ਪਤਾ ਨਹੀਂ ਕਿੰਨੀ ਕੁ ਸੱਚਾਈ ਆ ਜਾਂ ਕਿੰਨੀ ਕੁ ਸੱਚਾਈ ਨਹੀਂ, ਪਰ ਇਹ ਗੱਲ ਇਸ ਵੇਲੇ ਸਿਆਸੀ ਸਫ਼ਾ ਚ ਪਖੀ ਹੋਈ ਆ ਕਿ ਸ਼੍ਰੋਮਣੀ ਅਕਾਲੀ ਦਲ ਬੀਬੀ ਜਗੀਰ ਕੌਰ ਦੀ ਕਮਾਂਡ ਹੇਠ ਇੱਕ ਨਵਾਂ ਹੋਂਦ ਵਿੱਚ ਆ ਸਕਦਾ। ਅਕਾਲੀ ਦਲ ਚਾਹੇ 30 ਬਣ ਜਾਣ ਇਹੋ ਜਿਹੇ, ਇਹ ਗੱਲ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਜਦੋਂ ਕਿ ਪੰਜਾਬ ਅਤੇ ਪੰਥ ਦਾ ਜਿਹੜਾ ਬੇੜਾ ਹੈ ਉਹ ਇਹਨਾਂ ਸਾਰਿਆਂ ਨੇ ਰਲ ਕੇ ਡੋਬਿਆ। ਬੀਬੀ ਜਗੀਰ ਕੌਰ ਉਦੋਂ ਨਾਲ ਹੀ ਹੁੰਦੀ ਸੀ ਜਦੋਂ ਬਾਦਲ ਸਾਹਿਬ ਤੇ ਬਾਦਲ ਦਾਲ ਪੁੱਠੇ ਸਿੱਧੇ ਫੈਸਲੇ ਕਰਦਾ ਸੀ। ਆ ਜਿਹੜੇ ਸੁਖਦੇਵ ਸਿੰਘ ਢੀਂਡਸਾ ਐਂਡ ਕੰਪਨੀ ਆ ਇਹ ਵੀ ਉਦੋਂ ਉਸੇ ਬਾਦਲ ਦਲ ਦਾ ਹਿੱਸਾ ਸੀਗੇ। ਇਹਨਾਂ ਸਾਰਿਆਂ ਨੇ ਰਲ ਕੇ ਪੰਜਾਬ ਨੂੰ ਡੋਬਿਆ, ਪੰਜਾਬ ਦਾ ਬੇੜਾ ਗਰਕ ਕੀਤਾ। ਅੱਜ ਆਪਦੇ ਆਪ ਨੂੰ ਸੱਚੇ ਸਾਬਤ ਕਰਨ ਦੇ ਲਈ ਇਹ ਜੋ ਮਰਜ਼ੀ ਸ਼ੋਸ਼ੇਬਾਜ਼ੀਆਂ ਕਰਦੇ ਫਿਰ, ਡੇਰਾ ਸਰਸਾ ਦੀ ਵੋਟ ਲੈਣ ਦੇ ਲਈ ਜੋ ਕੁਝ ਇਹ ਲੋਕ ਕਰੀ ਬੈਠੇ ਆ, ਹੋਰ ਸਾਰਾ ਕੁਛ ਹੀ ਇਹਨਾਂ ਦਾ ਜਿਹੜਾ ਇੱਕ ਪਾਸੇ ਕੱਲਾ ਇਹੀ ਗਨਾਹ ਜਿਹੜਾ ਕਿ ਤੁਹਾਡੀ ਹੋਵੇ ਸਰਕਾਰ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਚੋਰੀ ਕਰਕੇ ਉਹ ਗਲੀਆਂ 'ਚ ਖਿਲਾਰਨ ਦੀ ਦੇਣ ਧਮਕੀ, ਤੇ ਸਿੱਧਾ ਸ਼ਰੇਆਮ ਪਤਾ ਹੋਵੇ ਸਾਰੀ ਦੁਨੀਆ ਨੂੰ, ਸੋਸ਼ਲ ਮੀਡੀਆ ਦੇ ਉੱਤੇ ਉਹ ਪੋਸਟਰਾਂ ਦੀਆਂ ਫੋਟੋਆਂ ਘੁੰਮ ਰਹੀਆਂ ਹੋਣ, ਕਿਸੇ ਅਕਾਲੀ ਨੂੰ ਸੁਰਤ ਨਹੀਂ ਆਈ, ਕਿਸੇ ਪੁਲਿਸ ਵਾਲੇ ਨੂੰ ਖਿੱਚ ਕੇ ਕਾਨੂੰਨਾਂ ਨੇ ਨਹੀਂ ਕਿਹਾ ਵੀ ਭਾਈ ਜਾ ਕੇ ਪਹਿਲਾਂ ਉਹਨਾਂ ਨੂੰ ਫੜੋ ਜਿਹਨਾਂ ਦਾ ਨਾਂ ਲਿਖਿਆ ਹੋਇਆ। ਇੱਥੇ ਸਾਡਾ ਕਿਸੇ ਗੱਲ 'ਚ ਜ਼ਿਕਰ ਤੱਕ ਨਹੀਂ ਹੁੰਦਾ, ਐਵੇਂ ਧੂਹੀ ਫਿਰਦੇ ਹੁੰਦੇ ਆ, ਤੇ ਉੱਥੇ ਉਹਨਾਂ ਡੇਰਾ ਸਰਸੇ ਵਾਲਿਆਂ ਦਾ ਇਹਨਾਂ ਨੇ ਕਦੇ ਵੀ ਕਿਸੇ ਗੱਲ ਦੇ ਵਿੱਚ ਕਿਸੇ ਪੁਲਿਸ ਵਾਲੇ ਨੇ ਕਿਸੇ ਹੋਮਗਾਰਡੀਏ ਨੇ ਵੀ ਬੁਲਾਇਆ ਨਹੀਂ। ਅਖੀਰ ਉਹਨਾਂ ਨੇ ਚੰਦ ਚਾੜ ਦਿੱਤਾ ਤੇ ਸਾਡੇ ਸਿਰ ਦੇ ਉੱਤੇ ਇੱਕ ਇਹੋ ਜਿਹੀ ਭਾਜੀ ਚਾੜ ਦਿੱਤੀ ਜਿਹੜੀ ਕਦੇ ਵੀ ਲੈਣੀ ਨਹੀਂ। ਸੱਚੇ ਪਾਤਸ਼ਾਹ ਕੌਮ ਉੱਤੇ ਕਿਰਪਾ ਕਰਨ, ਇਹਦਾ ਲੇਖਾ ਜਿਹੜਾ ਹੈਗਾ ਸਿੱਖ ਕੌਮ ਜ਼ਰੂਰ ਲਵੇਗੀ, ਪਰ ਜਿਹੜੇ ਇਹ ਅਕਾਲੀ ਧੜੇ ਨੇ ਇਹਨਾਂ ਦੇ ਕਾਟੋ ਕਲੇਸ਼ ਦੇ ਨਾਲ ਸਾਡੀ ਕੌਮ ਦਾ ਨੁਕਸਾਨ ਹੋਰ ਜ਼ਿਆਦਾ ਹੋ ਰਿਹਾ। ਖੈਰ ਹੁਣ ਗੱਲ ਚੱਲਦੀ ਆ ਕਿ ਜੀ ਜੂਨ ਦੇ ਪਹਿਲੇ ਹਫ਼ਤੇ ਬੀਬੀ ਜਗੀਰ ਕੌਰ ਨੇ ਨਵਾਂ ਅਕਾਲੀ ਦਲ ਬਣਾਉਣਾ, ਉਹ ਬਣਾਉਂਦੀ ਆ ਨਾ ਬਣਾਵੇ, ਪਰ ਸਾਡਾ ਤਾਂ ਇਹਨਾਂ ਦਿਨਾਂ ਦੇ ਵਿੱਚ ਘੱਲੂ ਘਾਰੇ ਦੇ ਦਿਨ ਹੁੰਦੇ ਨੇ। ਇਸ ਹਫ਼ਤੇ ਦੇ ਵਿੱਚ ਸਾਡੇ ਲਈ ਸਭ ਤੋਂ ਜ਼ਰੂਰੀ ਹੁੰਦਾ ਕਿ ਪੰਥ ਦੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਜਿਨ੍ਹਾਂ ਨੇ ਜੂਨ 1984 ਨੂੰ ਦੁਸ਼ਮਣ ਨਾਲ ਲੜ ਕੇ ਇਤਿਹਾਸ ਸਿਰਜਿਆ ਤੇ ਦਰਬਾਰ ਸਾਹਿਬ ਦੀ ਪਵਿੱਤਰਤਾ ਲਈ ਜਾਨਾਂ ਵਾਰੀਆਂ, ਉਹਨਾਂ ਜੁਝਾਰੂ ਯੋਧਿਆਂ ਨੂੰ ਜਿਨ੍ਹਾਂ ਨੇ ਇਸ ਗੱਲ ਨੂੰ ਸਕਾਰਥਾ ਕੀਤਾ ਕਿ ਇਸ ਥਾਂ ਤੇ ਜਾਨ ਵਰ ਨਾਲੋਂ ਸ਼ਹੀਦ ਹੋਣ ਨਾਲੋਂ ਕੋਈ ਹੋਰ ਚੰਗਾ ਕਦਮ ਹੈ ਹੀ ਨਹੀਂ। ਸੋ ਦਰਬਾਰ ਸਾਹਿਬ ਦੀ ਪਵਿੱਤਰਤਾ ਲਈ ਸ਼ਹੀਦੀਆਂ ਪਾਉਣ ਵਾਲੇ ਉਹਨਾਂ ਸੂਰਮਿਆਂ ਨੂੰ ਚੇਤੇ ਕਰਨ ਕਰਾਉਣ ਦੀ ਥਾਂ ਇਹ ਆਪਦਾ ਹੋਰ ਹੀ ਝੱਜੂ ਪਾਈ ਬੈਠੇ ਆ। ਤੇ ਇਹਨਾਂ ਦਿਨਾਂ ਦੇ ਵਿੱਚ ਭਾਰਤੀ ਖੁਫੀਆ ਏਜੰਸੀਆਂ ਨੇ, ਕਾਊਂਟਰ ਇੰਟੈਲੀਜੈਂਸ ਤੇ ਹੋਰ ਜਿਹੜੀਆਂ ਏਜੰਸੀਆਂ ਨੇ ਉਹਨਾਂ ਨੇ ਹੋਰ ਹੀ ਨਵਾਂ ਕੰਮ ਤੋਰਿਆ ਹੋਇਆ। ਵੈਸੇ ਤਾਂ ਹਰ ਸਾਲ ਹੀ ਇਹ ਕੰਮ ਚੱਲਦਾ, ਇਸ ਵਾਰ ਫਿਰ ਸਾਡੇ ਸਾਰਿਆਂ ਦੇ ਘਰਾਂ ਦੇ ਵਿੱਚ CID ਦੇ, ਕਾਊਂਟਰ ਇੰਟੈਲੀਜੈਂਸ ਦੇ ਤੇ ਹੋਰਨਾਂ ਦੇ ਕਿਸੇ ਦੇ ਫੋਨ ਆ ਰਿਹਾ, ਕਿਸੇ ਨੂੰ ਥਾਣੇ ਸੱਦਿਆ ਜਾ ਰਿਹਾ। ਕਾਹਦੇ ਲਈ ਸੱਦ ਰਹੇ ਆ? ਜੇ ਪੁੱਛੀਏ ਕਹਿੰਦੇ ਜੀ ਨਹੀਂ ਤੁਹਾਡਾ ਡੋਜੀਆ ਬਣਾਉਣਾ ਸਾਨੂੰ ਜੀ ਪਤਾ ਰੱਖਣਾ ਪੈਂਦਾ, 6 ਜੂਨ ਆ ਰਹੀ ਆ, ਘੱਲੂ ਘਾਰੇ ਕਰਕੇ। ਦੱਸੋ ਖਾਲਸਾ ਪੰਥ
ਆਪਦੇ ਸ਼ਹੀਦਾਂ ਨੂੰ ਯਾਦ ਕਰਦਾ ਹੈ ਤੇ ਉਹਦੇ ਬਾਰੇ ਸਾਡੇ ਬੜੇ ਆਪਣੇ ਕੌਮ ਦੇ ਅੰਦਰ ਮਸਲੇ ਨੇ ਕਿਉਂਕਿ ਜਿਸ ਤਰੀਕੇ ਨਾਲ ਬਾਦਲ ਦਲ ਨੇ ਸ਼੍ਰੋਮਣੀ ਕਮੇਟੀ ਰਾਹੀਂ ਇਸ ਦਿਨ ਨੂੰ ਰਵਾਇਤੀ ਜਿਹਾ ਬਣਾ ਧਰਿਆ ਹੁੰਦਾ ਕੀ ਆ ਬਈ ਪਹਿਲਾਂ ਬਿਲਕੁਲ ਸਵੇਰੇ ਸਾਧਨੇ ਰਾਤ ਨੂੰ 11 12 ਵਜੇ ਉੱਥੇ ਸਾਰੇ ਅਕਾਲ ਤਖਤ ਸਾਹਿਬ ਤੇ ਹੋਰਨਾਂ ਅਹਿਮ ਥਾਵਾਂ ਦੇ ਉੱਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਬਹਿ ਜਾਂਦੇ ਆ ਫਿਰ ਬਾਦਲ ਦਲ ਦੇ ਲੀਡਰ ਤੇ ਫੈਡਰੇਸ਼ਨ ਵਾਲੇ ਇੱਕ ਇੱਕ ਦੋ ਦੋ ਕਰਕੇ ਉੱਥੇ ਜਾਂਦੇ ਆ ਤੇ ਸਾਰਾ ਉਹ ਸ਼੍ਰੋਮਣੀ ਕਮੇਟੀ ਵਾਲੇ ਮੁਲਾਜ਼ਮ ਉੱਠੀ ਜਾਂਦੇ ਆ ਤੇ ਇਹ ਉੱਥੇ ਬਹਿ ਜਾਂਦੇ ਆ ਸੋ ਸਾਰਾ ਅਕਾਲ ਤਖਤ ਸਾਹਿਬ ਦਾ ਜਿਹੜਾ ਉੱਪਰਲਾ ਹਾਲ ਆ ਜਾਂ ਨਾਲ ਲੱਗਦਾ ਬਰਾਂਡਾ ਹੋਰ ਆ ਉਹ ਸਾਰਿਆਂ ਦੇ ਉੱਤੇ ਬਾਦਲ ਸੈਨਾ ਕਾਬਜ ਹੋ ਜਾਂਦੀ ਉਸ ਤੋਂ ਬਾਅਦ ਵਿੱਚ ਪਾਠ ਦਾ ਭੋਗ ਪੈਂਦਾ ਫਿਰ ਹੁਕਮਨਾਮਾ ਅਰਦਾਸ ਤੋਂ ਬਾਅਦ ਚ ਹੁਕਮਨਾਮੇ ਤੋਂ ਬਾਅਦ ਚ ਜਥੇਦਾਰ ਅਕਾਲ ਤਖਤ ਸਾਹਿਬ ਇੱਕ ਰਵਾਇਤੀ ਜੀ ਤਕਰੀਰ ਝਾੜ ਦਿੰਦੇ ਆ ਉਪਰੰਤ ਸਰੂਪੇ ਦੇ ਕੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਚਲੋ ਮੇਰੇ ਭਾਈ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਕੌਮ ਨੂੰ ਕੋਈ ਨਵਾਂ ਪ੍ਰੋਗਰਾਮ ਕੋਈ ਸੰਘਰਸ਼ ਨੂੰ ਅੱਗੇ ਤੋਰਨ ਦੀ ਗੱਲ ਬਿਲਕੁਲ ਨਹੀਂ ਹੋਣ ਦਿੱਤੀ ਜਾਂਦੀ ਇੱਕ ਤਾਂ ਇਹ ਕੀਤਾ ਜਾਂਦਾ ਵੀ ਸਿੱਖ ਕਿਤੇ ਅਮਨ ਚੈਨ ਨਾਲ ਇਹ ਦਿਨ ਮਨਾ ਨਾ ਲੈਣ ਕਿਸੇ ਨਾ ਕਿਸੇ ਹਿੰਦੂ ਕੱਟੜਪੰਥੀ ਤੋਂ ਪੁੱਠਾ ਸਿੱਧਾ ਬਿਆਨ ਦਵਾਇਆ ਜਾਂਦਾ ਜਿਹਦੇ ਨਾਲ ਮਾਹੌਲ ਵਿੱਚ ਤਲਖੀ ਆ ਜੇ ਕਦੇ ਕਹਿ ਦੇਣਗੇ ਜੀ ਅਸੀਂ ਸੰਤ ਭਿੰਡਰਾਂ ਵਾਲਿਆਂ ਦਾ ਪੁਤਲਾ ਫੂਕਣਾ ਕਦੇ ਕਹਿ ਦੇਣਗੇ ਜੀ ਅਸੀਂ ਆਹ ਕਰਨਾ ਵਾਹ ਕਰਨਾ ਕੁੱਲ ਮਿਲਾ ਕੇ ਹਿੰਦੂ ਸਿਵ ਸੈਨਾ ਜਾਂ ਹੋਰ ਕੱਟੜਪੰਥੀ ਜਿਹੜੀਆਂ ਹਿੰਦੂ ਅੱਤਵਾਦੀ ਜਥੇਬੰਦੀਆਂ ਇਹ ਨਾ ਕੋਈ ਸਿਆਪਾ ਪਾ ਦੇਣਾ ਹੁੰਦਾ ਦੂਜਾ ਇਹ ਆ ਕਿ ਪੰਜਾਬ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ ਨੇ ਜਿਵੇਂ ਮੈਂ ਪਹਿਲਾਂ ਦੱਸਿਆ ਇਹਨਾਂ ਨੇ ਸਿੱਖ ਨੌਜਵਾਨਾਂ ਦੇ ਘਰਾਂ 'ਚ ਜਾ ਕੇ ਇਹਨਾਂ ਨੂੰ ਟੈਰੋਰਾਈਜ਼ ਕਰਨਾ ਹੁੰਦਾ ਤੀਜਾ ਕੋਈ ਨਾ ਕੋਈ ਹੋਰ ਪੰਜਾਬ ਦੇ ਵਿੱਚ ਮਾਹੌਲ ਜਿਹੜਾ ਹੈ ਉਹ ਦਹਿਸ਼ਤ ਵਾਲਾ ਬਣਾਉਣ ਦੇ ਲਈ ਕੋਈ ਨਾ ਕੋਈ ਪੁੱਠਾ ਸਿੱਧਾ ਕਾਰਾ ਜ਼ਰੂਰ ਕੀਤਾ ਜਾਂਦਾ ਜਦੋਂ ਆ ਪਿਛਲੇ ਹਫ਼ਤੇ ਇੱਥੇ ਬੰਬੀਆਂ ਜਿਹੀਆਂ ਚਲਾ ਰਹੇ ਸੀ ਕੁਛ ਨੌਜਵਾਨ ਜਿਹੜੇ ਫੜੇ ਆ ਉਹ ਬਦਮਾਸ਼ਾਂ ਨੇ ਜਿਸ ਤਰੀਕੇ ਨਾਲ ਦਰਬਾਰ ਸਾਹਿਬ ਨਾਲ ਸੰਬੰਧਿਤ ਪਾਰਕਿੰਗ ਵਿੱਚ ਉਪਰੰਤ ਜਿਹੜਾ ਗੁਰੂ ਰਾਮਦਾਸ ਸਰਾਂ ਆ ਉਹਦੇ ਮਗਰਲੇ ਪਾਸੇ ਬੰਬ ਜਿਹਾ ਚਲਾਇਆ ਉਹਦੇ ਨਾਲ ਸਾਰਿਆਂ ਦੇ ਮਨਾਂ ਵਿੱਚ ਇਹੀ ਖਿਆਲ ਸੀਗਾ ਕਿ ਇਹ ਘੱਲੂਘਾਰੇ ਦੇ ਦਿਨਾਂ ਵਿੱਚ ਮਾਹੌਲ ਬਣਾਇਆ ਜਾ ਰਿਹਾ ਦਹਿਸ਼ਤ ਪਾਉਣ ਦਾ ਹੁਣ ਵੀ ਸਾਰਿਆਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਜਿਹੜਾ ਪੁਲਿਸ ਵਿਭਾਗ ਸੀ ਇਹਨੇ ਉਹਨਾਂ ਬਦਮਾਸ਼ਾਂ ਨੂੰ ਫੜਨ ਦੇ ਲਈ ਬਾਹਲੀ ਜ਼ਿਆਦਾ ਤਤਪਰਤਾ ਨਹੀਂ ਦਿਖਾਈ ਉਲਟਾ ਸ਼੍ਰੋਮਣੀ ਕਮੇਟੀ ਦੇ ਜਿਹੜੇ ਸੀਸੀਟੀਵੀ ਦੇ ਉੱਤੇ ਨੌਜਵਾਨ ਕੰਮ ਕਰਦੇ ਆ ਉਹਨਾਂ ਨੇ ਲੱਭਿਆ ਤੇ ਅਜੇ ਤੱਕ ਵੀ ਉਹਨਾਂ ਦੁਸ਼ਟਾਂ ਦੇ ਬਾਰੇ ਕੋਈ ਬਹੁਤੀ ਚੰਗੀ ਗੱਲ ਜਾਂ ਪੁੱਛਤਾਛ ਵਿੱਚੋਂ ਕੋਈ ਗੱਲ ਆਈ ਹੋਵੇ ਉਹ ਬਾਹਰ ਨਹੀਂ ਕੱਢੀ ਗਈ ਲੋਕ ਤਾਂ ਉਡੀਕ ਰਹੇ ਨੇ ਕਿ ਜਿਸ ਬੰਦੇ ਨੇ ਇਹਨਾਂ ਦਾ ਦਰਬਾਰ ਸਾਹਿਬ ਦੇ ਵਿੱਚ ਟਿਕਾਣਾ ਬਣਾਉਣ ਦੇ ਵਿੱਚ ਮਦਦ ਕੀਤੀ ਇਹਨਾਂ ਨੂੰ ਕਮਰੇ ਲੈ ਕੇ ਦਿੱਤੇ ਉਹ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਦੇ ਬਾਰੇ ਵੀ ਕੋਈ ਚਰਚਾ ਛਿੜੇ ਪਰ ਇੱਥੇ ਕਹਾਣੀ ਹੋਰ ਆ ਵੀ ਵੱਧ ਤੋਂ ਵੱਧ ਗੱਲ ਜਨਤਕ ਕਰਨ ਦੀ ਥਾਂ ਤੇ ਲੁਕੋਈ ਜਾ ਰਹੀ ਉਹਨਾਂ ਬੰਦਿਆਂ ਨੂੰ ਸਿਕਿਓਰ ਕਰਨ ਲਈ ਸੇਫ ਕਰਨ ਲਈ ਜਿਸ ਤਰੀਕੇ ਦੇ ਉਪਰਾਲੇ ਕੀਤੇ ਜਾ ਰਹੇ ਨੇ ਉਹ ਤੇ ਸਾਫ਼ ਜ਼ਾਹਿਰ ਆ ਕਿ ਇਹ ਸਾਰਾ ਜਿਹੜਾ ਪ੍ਰਪੰਚ ਸੀ ਏਜੰਸੀਆਂ ਦਾ ਹੀ ਰਚਿਆ ਹੋਇਆ ਸੀ ਉਹ ਬੰਦੇ ਪਹਿਲਾਂ ਫੜੇ ਗਏ ਨਹੀਂ ਤਾਂ ਉਹ 6 ਜੂਨ ਤੱਕ ਸ਼ਾਇਦ ਇਹੋ ਜਿਹੀਆਂ ਕਰਤੂਤਾਂ ਕਰਦੇ ਰਹਿੰਦੇ ਉਹ ਇਹੋ ਜਿਹੀਆਂ ਕਰਤੂਤਾਂ ਦਾ ਅਸਲ ਵਿੱਚ ਜਿਹੜਾ ਸਾਰਾ ਨਿਸ਼ਾਨਾ ਹੁੰਦਾ ਹਕੂਮਤ ਦੀਆਂ ਏਜੰਸੀਆਂ ਦਾ ਉਹ ਇਹ ਹੁੰਦਾ ਕਿ 6 ਜੂਨ ਵਾਲੇ ਦਿਨ ਤੱਕ ਹਰੇਕ ਬੰਦੇ ਦੇ ਦਿਲ ਦਿਮਾਗ ਵਿੱਚ ਇਹ ਗੱਲ ਪਾਉਣੀ ਆ ਕਿ ਆਪਾਂ ਦਰਬਾਰ ਸਾਹਿਬ ਜਾ ਕੇ ਕੀ ਕਰਨਾ ਪਤਾ ਨਹੀਂ ਉੱਥੇ ਕੀ ਹੋ ਜਾਣਾ ਸੋ ਮਾਹੌਲ ਘੱਲੂਘਾਰੇ ਦੇ ਦਿਨਾਂ ਵਿੱਚ ਖਰਾਬ ਕਰਨ ਦਾ ਜਿਹੜਾ ਪ੍ਰੋਜੈਕਟ ਵਾ ਇਹ ਅਸੀਂ ਪਿਛਲੇ ਬਹੁਤ ਸਾਰੇ ਸਾਲਾਂ ਤੋਂ ਦੇਖ ਰਹੇ ਹਾਂ ਤੇ ਜੇ ਇਹਨਾਂ ਏਜੰਸੀਆਂ ਤੋਂ ਕੋਈ ਕਸਰ ਰਹਿ ਜਾਵੇ ਉਹ ਫਿਰ ਬਾਦਲ ਦਲ ਵਾਲੇ ਜਿਹੜੇ ਅਸਲ ਵਿੱਚ ਰਾਸ਼ਟਰੀ ਸਿੱਖ ਸੰਘ ਦੀ ਬਣੇ ਹੋਏ ਨੇ ਉਹ ਪੂਰੀ ਕਰਦੇ ਆ ਉਹਨਾਂ ਨੇ ਟਾਸਕ ਫੋਰਸ ਜਿਹੜੀ ਭਰਤੀ ਕੀਤੀ ਹੋਈ ਆ ਉਹਨੂੰ ਡਾਂਗਾ ਦੇ ਕੇ ਗੁੰਡਿਆਂ ਨੂੰ ਖੜਾ ਕੀਤਾ ਹੁੰਦਾ ਵੀ ਕੋਈ ਨਾ ਕੋਈ ਬਹਾਨਾ ਬਣਾ ਕੇ ਤੁਸੀਂ ਜਿਹੜੇ ਪੰਥ ਪ੍ਰਸਤ ਸਿੱਖ ਇੱਥੇ ਆਉਂਦੇ ਉਹਦੇ ਡਾਂਗਾ ਫਿਰੋ ਪੱਗਾਂ ਲਾਓ ਛੱਤਰ ਫਿਰੋ ਦੱਬ ਕੇ ਕਾਰਨ ਕੀ ਕਿ ਅੱਗੇ ਨੂੰ ਕੋਈ ਸਿੱਖ ਇੱਥੇ ਵੜੇ ਨਾ ਅਸਲ ਵਿੱਚ ਭਾਰਤੀ ਹਕੂਮਤ ਚਾਹੁੰਦੀ ਹੈ ਕਿ ਜਿਵੇਂ ਦਰਬਾਰ ਸਾਹਿਬ ਦੇ ਉੱਤੇ ਪਹਿਲਾਂ ਜਿਹੜੇ ਹਮਲੇ ਹੋਏ ਕਿਉਂਕਿ ਇਤਿਹਾਸ ਵਿੱਚ 5 ਕੁ ਵਾਰ ਇਸ ਤਰੀਕੇ ਦੇ ਹਮਲਿਆਂ ਦੀ ਜਿਹੜੀ ਕਹਾਣੀ ਆ ਉਹ ਦੱਸੀ ਜਾਂਦੀ ਆ ਚਾਹੇ ਉਹ ਮੱਸੇ ਰੰਗੜ ਵਾਲਾ ਚਾਹੇ ਜਹਾਨ ਖਾਨ ਵਾਲਾ ਤੇ ਚਾਹੇ ਅਬਦਾਲੀ ਵਾਲਾ ਜਾਂ ਹੋਰ ਵੀ ਇਹਨਾਂ ਹਮਲਿਆਂ ਦੀ ਜਿਵੇਂ ਪਹਿਲੇ ਵਾਲੇ 4 ਹਮਲਿਆਂ ਦੀ ਯਾਦ ਮਨਾਉਣ ਦੇ ਲਈ ਕੋਈ ਸਿੱਖ ਸੰਗਤ ਵਿੱਚ ਕੋਈ ਵੱਡਾ ਉਪਰਾਲਾ ਨਹੀਂ ਕੀਤਾ ਜਾਂਦਾ ਆਪਾਂ ਨੂੰ ਬਹੁਤੇ ਲੋਕਾਂ ਨੂੰ ਬਹੁਤ ਪਤਾ ਹੀ ਨਹੀਂ ਹੈਗਾ ਕਿ ਭਾਈ ਗੁਰਬਖਸ਼ ਸਿੰਘ ਜੀ ਅਬਦਾਲੀ ਨਾਲ ਕਿਹੜੇ ਸਾਲ ਤੇ ਕਿਵੇਂ ਉੱਥੇ ਸ਼ਹੀਦ ਹੋਇਆ ਲੜ ਕੇ ਜਦੋਂ ਦਰਬਾਰ ਸਾਹਿਬ ਦੇ ਹਾਲਾਂਕਿ ਮਗਰਲੇ ਪਾਸੇ ਉਹਨਾਂ ਦੀ ਬੜੀ ਵੱਡੀ ਯਾਦਗਾਰ ਬਣੀ ਹੋਈ
ਪਰ ਇਹਨਾਂ ਸਾਰੇ ਪਹਿਲਾਂ ਵਾਲੇ ਜਿਹੜੇ ਘੱਲੂ ਘਾਰੇ ਨੇ ਜਾਂ ਦਰਬਾਰ ਸਾਹਿਬ ਦੇ ਉੱਤੇ ਹਮਲੇ ਨੇ ਜਿਵੇਂ ਉਹਨਾਂ ਦੀ ਯਾਦ ਨਹੀਂ ਮਨਾਈ ਜਾਂਦੀ ਜਾਂ ਜੇ ਮਨਾਈ ਜਾਂਦੀ ਉਹ ਕਿਤੇ ਰਵਾਇਤੀ ਜਿਹੇ ਤਰੀਕੇ ਨਾਲ ਪਤਾ ਹੀ ਨਹੀਂ ਕਿਸ ਨੂੰ ਲੱਗਦਾ ਵੀ ਉਵੇਂ ਦਾ ਮਾਹੌਲ ਬਣ ਜਾਵੇ ਸਿੱਖ ਇੱਥੇ ਆਉਣ ਨਾ ਜੇ ਆਉਣ ਤਾਂ ਸ਼੍ਰੋਮਣੀ ਕਮੇਟੀ ਵਾਲੇ 10-15 ਜਾਣੇ ਭੋਗ ਪਾ ਕੇ ਨਿਬੇੜਦਾ ਕਰਨ ਤੇ ਅਸੀਂ ਕਹਿਣ ਜੋਗੇ ਹੋਈਏ ਵੀ ਕੋਈ ਦੇਖ ਲਓ ਜੀ ਇੱਥੇ ਆਉਂਦਾ ਤਾਂ ਹੈ ਨਹੀਂ ਸੋ ਘੱਲੂ ਘਾਰੇ ਨੂੰ ਜਾਂ ਇਸ ਦਿਹਾੜੇ ਨੂੰ ਰਵਾਇਤੀ ਤਾਂ ਪਹਿਲੇ ਹੀ ਬਣਾ ਧਰਿਆ ਹੋਇਆ ਵੀ ਆਹੀ ਕੁਛ ਹੋਣਾ ਸਾਰਿਆਂ ਨੂੰ ਪਹਿਲੇ ਹੀ ਪਤਾ ਹੁੰਦਾ ਤੇ ਉੱਥੇ ਕੋਈ ਡਿਸਕਸ਼ਨ ਜਾਂ ਉੱਥੇ ਕੋਈ ਸੈਮੀਨਾਰ ਜਾਂ ਕੋਈ ਵਿਚਾਰ ਪ੍ਰਵਾਹ ਕੁਛ ਨਹੀਂ ਹੁੰਦਾ ਜਾਂ ਦੀਵਾਨ ਅਸਥਾਨ ਮੰਜੀ ਸਾਹਿਬ ਦੇ ਵਿੱਚ ਕਦੇ ਕੋਈ ਕਥਾ ਕਰਨਾ ਹੋਵੇ ਕੱਖ ਨਹੀਂ ਕੀਤਾ ਜਾਂਦਾ ਇਸ ਤਰੀਕੇ ਦੇ ਪ੍ਰੋਗਰਾਮ ਦੇ ਵਿੱਚੋਂ ਨਿਕਲਣਾ ਕੀ ਹੁੰਦਾ ਸੋ ਇਸੇ ਕਰਕੇ ਜੂਨ 84 ਦਾ ਜਿਹੜਾ ਇਹ ਦਿਹਾੜਾ ਮੈਂ ਅਕਸਰ ਇਹ ਗੱਲ ਸੋਚਦਾ ਹੁੰਦਾ ਹੈ ਕਿ ਜਦੋਂ 6 ਜੂਨ 1984 ਨੂੰ ਦਰਬਾਰ ਸਾਹਿਬ ਤੇ ਹਮਲਾ ਹੋਇਆ ਬਹੁਤ ਸਾਰੇ ਸਿੱਖ ਇੱਥੇ ਦਰਸ਼ਨ ਕਰਨ ਆਏ ਇਕੱਠੇ ਹੋਏ ਅਕਾਲ ਤਖ਼ਤ ਸਾਹਿਬ ਨੂੰ ਦੇਖ ਕੇ ਉਹਨਾਂ ਦੀਆਂ ਧਾਹਾਂ ਨਿਕਲ ਗਈਆਂ ਉਹਨਾਂ ਨੇ ਸਿਰਾਂ ਉੱਤੇ ਖੱਪਣ ਬੰਨ ਲਏ ਤੇ ਕੌਮ ਲਈ ਧਰਮ ਲਈ ਮੈਦਾਨ ਵਿੱਚ ਆ ਕੇ ਉਹਨਾਂ ਨੇ ਸੰਘਰਸ਼ ਲੜਿਆ ਬਹੁਤ ਸਾਰੇ ਇਹੋ ਜਿਹੇ ਆ ਜਿਨ੍ਹਾਂ ਨੇ ਫੋਟੋ ਦੇਖੀ ਇਕੱਠੇ ਹੋਏ ਅਕਾਲ ਤਖ਼ਤ ਸਾਹਿਬ ਦੀ ਉਸ ਤੋਂ ਬਾਅਦ ਘਰੇ ਪੈਰ ਨਹੀਂ ਪਾਇਆ ਇਸ ਵੇਲੇ ਲੱਖਾਂ ਹੀ ਇਹੋ ਜਿਹੇ ਸਿੱਖ ਨੇ ਜਿਹੜੇ ਇਸ ਘੱਲੂ ਘਾਰੇ ਨੂੰ ਹੰਢਾਇਆ ਜਿਨ੍ਹਾਂ ਨੇ ਰੂਹ ਨੇ ਜਿਨ੍ਹਾਂ ਦੀ ਨੇ ਉਹਨਾਂ ਨੇ ਚਾਹੇ ਸਿੱਖ ਸੰਘਰਸ਼ ਵਿੱਚ ਸਿੱਧਾ ਹਿੱਸਾ ਲਿਆ ਜਾਂ ਅਸਿੱਧਾ ਹਿੱਸਾ ਲਿਆ ਪਰ ਇਹ ਲੱਖਾਂ ਲੋਕ ਅੱਜ ਆਪੋ ਆਪਣੇ ਮੁਕੱਦਮੇ ਭੁਗਤ ਕੇ ਜਾਂ ਜਿਹੜਾ ਕੁਛ ਉਹਨਾਂ ਦੇ ਜ਼ਿੰਦਗੀ 'ਚ ਲਿਖਿਆ ਸੀ ਉਹ ਸਾਰਾ ਹੰਢਾ ਕੇ ਆਪੋ ਆਪਣੇ ਘਰਾਂ 'ਚ ਪਰਿਵਾਰਾਂ 'ਚ ਬੈਠੇ ਹੈ ਪਰ 6 ਜੂਨ ਵਾਲੇ ਦਿਨ ਉਹਨਾਂ ਦਾ ਜੀ ਨਹੀਂ ਕਰਦਾ ਦਰਬਾਰ ਸਾਹਿਬ ਆਉਣ ਨੂੰ ਉਹ ਲੋਕ ਜਿਹੜੇ ਇੰਨੇ ਜਜ਼ਬਾਤੀ ਆ ਕਿ ਕੌਮ ਦੇ ਅਕਾਲ ਤਖ਼ਤ ਸਾਹਿਬ ਦੇ ਢੱਠੇ ਜਾਣ ਦੀ ਗੱਲ ਬਰਦਾਸ਼ਤ ਨਹੀਂ ਕਰ ਸਕੇ ਤੇ ਹਥਿਆਰਬੰਦ ਹੋ ਕੇ ਕੌਮ ਦੀ ਲੜਾਈ ਲੜੀ ਅੱਜ ਉਹਨਾਂ ਦਾ ਜੀ ਕਿਉਂ ਨਹੀਂ ਕਰਦਾ ਕਿਉਂਕਿ ਬਾਦਲ ਦਲ ਨੇ ਤੇ ਭਾਰਤੀ ਏਜੰਸੀਆਂ ਨੇ ਇੱਥੇ ਮਾਹੌਲ ਹੀ ਇਹੋ ਜਿਹਾ ਬਣਾ ਧਰਿਆ ਕਿ ਉਹ ਘਰੇ ਬੈਠੇ ਇਹ ਸੋਚਦੇ ਆ ਕਿ ਉੱਥੇ ਜਾਵਾਂਗੇ ਬਾਦਲ ਦਲ ਵਾਲਿਆਂ ਦੀ ਕਿਸੇ ਕਰਤੂਤ ਦਾ ਵਿਰੋਧ ਕਰਾਂਗੇ ਕੋਈ ਨਾ ਕੋਈ ਖੰਡਰ ਪਊਗਾ ਇਹ ਸਾਰੇ ਕਾਸੇ ਨਾਲੋਂ ਚੰਗਾ ਕਿ ਆਪਾਂ ਘਰੇ ਬੈਠੇ ਰੱਬ ਦਾ ਨਾਂ ਲੈ ਲਈਏ ਇਹ ਜਿਹੜੇ ਸਾਡੇ ਵੀਰ ਭਰਾ ਇਹਦੇ ਨਾਲੋਂ ਭਾਰਤ ਨਾਲੋਂ ਪੰਜਾਬ ਨਾਲੋਂ ਦਰਬਾਰ ਸਾਹਿਬ ਨਾਲੋਂ ਕਿਤੇ ਜ਼ਿਆਦਾ ਵਧੀਆ ਤਰੀਕੇ ਨਾਲ ਘੱਲੂ ਘਾਰੇ ਦਾ ਜਿਹੜਾ ਦਿਹਾੜਾ ਉਹ ਕੈਨੇਡਾ ਅਮਰੀਕਾ ਤੇ ਹੋਰਨਾਂ ਮੁਲਕਾਂ ਚ ਮਨਾਉਂਦੇ ਆ ਹਾਲਾਂਕਿ ਸਾਨੂੰ ਪਤਾ ਹੈ ਕਿ ਉੱਥੇ ਹਫਤੇ ਦੇ ਵਿੱਚ 5-6 ਦਿਨ ਤਾਂ ਬਹੁਤ ਜ਼ਿਆਦਾ ਕੰਮ ਹੁੰਦਾ ਤੇ ਵਾਰ ਦਵਾਰ ਨੂੰ ਥੋੜਾ ਬਹੁਤਾ ਬੰਦਿਆਂ ਕੋਲੇ ਟਾਈਮ ਹੁੰਦਾ ਤੇ ਉਦੋਂ ਉਹ ਦਿਨ ਤਿਉਹਾਰ ਮਨਾਉਂਦੇ ਆ ਅੱਜ ਕੈਨੇਡਾ ਅਮਰੀਕਾ ਤੇ ਹੋਰਨਾਂ ਮੁਲਕਾਂ ਦੇ ਵਿੱਚ ਤਾਂ ਫਿਰ ਉੱਥੇ ਕੋਈ ਡਿਸਕਸ਼ਨ ਹੁੰਦੀ ਆ ਕੋਈ ਚਰਚਾ ਹੁੰਦੀ ਆ ਵੀ ਦਰਬਾਰ ਸਾਹਿਬ ਤੇ ਹਮਲੇ ਬਾਰੇ ਖਾਲਿਸਤਾਨ ਦੇ ਸੰਘਰਸ਼ ਬਾਰੇ ਬਹੁਤ ਕੁਛ ਉੱਥੇ ਚੱਲਦਾ ਹੈ ਪਰ ਇੱਥੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਸਾਹਿਬ ਵਾਲਾ ਇਹਨਾਂ ਦੀ ਕਰਤੂਤ ਆ ਇਹ ਕਿ ਇਹਨਾਂ ਨੇ ਬਿਲਕੁਲ ਇਸ ਦਿਨ ਦੀ ਅਹਿਮੀਅਤ ਜਿਹੜੀ ਆ ਉਹਨੂੰ ਘਟਾਉਣ ਤੇ ਲੱਕ ਬੰਨਿਆ ਹੋਇਆ ਕਿਉਂਕਿ ਸ਼੍ਰੋਮਣੀ ਕਮੇਟੀ ਇਹਨਾਂ ਕੋਲ ਆ ਤੇ ਜੋ ਕੁਝ ਭਾਰਤੀ ਖੁਫੀਆ ਏਜੰਸੀਆਂ ਮੋਦੀ ਤੰਤਰ ਇਹਨਾਂ ਨੂੰ ਕਹਿੰਦਾ ਇਹ ਉਵੇਂ ਕਰਦੇ ਆ ਤੇ ਹੁਣ ਇਹਨਾਂ ਨੇ ਇਸ ਵਾਰ ਵੀ ਕੋਈ ਨਾ ਕੋਈ ਚੰਦ ਜ਼ਰੂਰ ਚਾੜਨਾ ਬੇਸ਼ੱਕ ਪ੍ਰਧਾਨ ਜਿਹੜਾ ਮਰਜ਼ੀ ਹੋਵੇ ਚਾਹੇ ਉਹ ਬੀਬੀ ਜ਼ਗੀਰ ਕੌਰ ਹੋਵੇ ਚਾਹੇ ਮੱਕੜ ਹੋਵੇ ਚਾਹੇ ਕੋਈ ਹੋਰ ਹੋਵੇ ਇੱਕ ਵਾਰੀ ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸੀ ਉਹਨੇ ਜ਼ਰੂਰ ਇੱਕ ਵਾਰੀ ਇਹ ਚਾਹਿਆ ਤੇ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਦੇ ਆਗੂਆਂ ਨੂੰ ਸੱਦ ਕੇ ਬਹਿ ਕੇ ਇਹ ਗੱਲ ਕੀਤੀ ਕਿ ਠੀਕ ਆ ਆਪਾਂ ਦਿਨ ਤਿਉਹਾਰ ਦੇ ਉੱਤੇ ਇਕੱਠੇ ਹੋਈਏ ਤੁਸੀਂ ਵੀ ਦੱਸੋ ਅਸੀਂ ਵੀ ਦੱਸਦੇ ਹਾਂ ਕੀ ਹੋਣਾ ਚਾਹੀਦਾ ਉਹ ਇੱਕ ਵਾਰੀ ਕਾਫੀ ਵਧੀਆ ਦਿਹਾੜਾ ਜਿਹੜਾ ਸੀ ਉਹ ਮਨਾਇਆ ਗਿਆ ਸੀ ਪਰ ਨਹੀਂ ਤਾਂ ਇੱਥੇ ਹਰ ਵਾਰੀ ਤਕਰਾਰ ਲੜਾਈ ਝਗੜੇ ਵਾਲਾ ਮਾਹੌਲ ਜਿਹੜਾ ਹੈਗਾ ਉਹ ਬਣਾ ਕੇ ਰੱਖਿਆ ਜਾਂਦਾ ਇਸ ਵਾਰ ਸਰਦਾਰ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਸਾਹਿਬ ਪ੍ਰਧਾਨ ਨੇ ਬਾਦਲ ਦਲ ਦਾ ਪ੍ਰਭਾਵ ਵੀ ਬਹੁਤ ਮਾੜਾ ਹੈ ਪਰ ਹਟਦੇ ਨਹੀਂ ਇਹ ਗਰੰਟੀ ਆ ਕਿ ਇਹਨਾਂ ਨੇ ਟਲਣਾ ਨਹੀਂ ਹੈਗਾ ਇਹਨਾਂ ਨੇ ਕੋਈ ਨਾ ਕੋਈ ਕਤਿੱਤ ਲਾਜ਼ਮੀ ਕਰਨੀ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਉਣ ਦੀ ਕਵਾਇਦ ਕਰਕੇ ਤੋਏ ਤੋਏ ਕਰਾਈ ਆ ਉਵੇਂ ਕੋਈ ਨਾ ਕੋਈ ਪੁੱਠੀ ਸਿੱਧੀ ਹਰਕਤ ਘੱਲੂ ਘਾਰੇ ਵਾਲੇ ਦਿਨਾਂ 'ਚ ਵੀ ਕਰਨਗੇ ਕਿਉਂਕਿ ਭਾਰਤੀ ਹਕੂਮਤੀ ਤੰਤਰ ਨੂੰ ਖੁਸ਼ ਕਰਨਾ ਇਹਨਾਂ ਦਿਨਾਂ 'ਚ ਰੌਲਾ ਪਿਆ ਹੋਇਆ ਵਾ ਵੀ ਜਿਹੜੀ ਨਵੀਂ ਪਾਰਲੀਮੈਂਟ ਦੀ ਸੰਸਦ ਦੀ ਇਮਾਰਤ ਬਣੀ ਹੈ ਉਸ ਇਮਾਰਤ ਬਾਰੇ ਚਰਚਾ ਚੱਲ ਰਹੀ ਆ ਕਿ ਉੱਥੇ ਉਦਘਾਟਨ ਹੋਣਾ ਜੀ ਇਹਨਾਂ ਨੇ ਜਾਣਾ ਤੇ ਉਹ ਤਾਂਹੀਓ ਸੱਦਣਗੇ ਜੇਕਰ ਇਹ ਹਕੂਮਤ ਨੂੰ ਕੁਛ ਕਰਕੇ ਦਿਖਾਉਣਗੇ ਸੋ ਭਾਰਤੀ ਹਕੂਮਤੀ ਤੰਤਰ ਦੀ ਚਾਪਲੂਸੀ ਕਰਨੀ ਉਹਨਾਂ ਦੇ ਤਲਵੇ ਚੱਟਣੇ ਤੇ ਉਹਨਾਂ ਤੋਂ ਕੋਲੋਂ ਖੁਸ਼ਨੁਦੀ
ਉਹਨਾਂ ਕੋਲੋਂ ਮੋਹਰ ਲੈਣੀ ਵੀ ਅਸੀਂ ਜੀ ਠੀਕ ਆ ਇਹਨਾਂ ਦੇ ਇਹੀ ਕੰਮ ਆ ਇਸੇ ਕਰਕੇ ਇਹਨਾਂ ਨੇ ਘੱਲੂ ਘਾਰੇ ਵਾਲੇ ਦਿਹਾੜੇ ਨੂੰ ਵੀ ਕੋਈ ਨਾ ਕੋਈ ਕਰਤੂਤ ਲਾਜ਼ਮੀ ਕਰਨੀ ਹੁੰਦੀ ਹੈ। ਖੈਰ ਖਾਲਸਾ ਪੰਥ ਇਹੋ ਜਿਹੇ ਝਮੇਲਿਆਂ ਤੋਂ ਇਹੋ ਜਿਹੇ ਬੰਦਿਆਂ ਤੋਂ ਇਹੋ ਜਿਹੀਆਂ ਜਥੇਬੰਦੀਆਂ ਤੋਂ ਸਦਾ ਅਲਰਟ ਰਿਹਾ ਤੇ ਅੱਜ ਦੇ ਸਮੇਂ ਦੇ ਵਿੱਚ ਤਾਂ ਸਾਡੇ ਕੋਲੇ ਪਲੇਟਫਾਰਮ ਨੇ ਜਿੱਥੋਂ ਅਸੀਂ ਧੜੱਲੇ ਨਾਲ ਸਾਰੀ ਗੱਲ ਕਰ ਸਕਦੇ ਹਾਂ। ਸੋ ਜਿੱਥੇ ਕੈਨੇਡਾ ਅਮਰੀਕਾ ਹੋਰਨਾਂ ਮੁਲਕਾਂ ਦੇ ਵਿੱਚ ਚਾਹੇ ਮੋਦੀ ਆ ਜਾਂ ਇਹ ਬਾਦਲ ਦਲ ਵਾਲੇ ਆ ਜਾਂ ਕੋਈ ਹੋਰ ਹੈ ਇਹ ਜਿੱਥੇ ਸਾਡੀ ਕੌਮ ਦਾ ਅਕਸ ਖਰਾਬ ਕਰਨ ਦਾ ਕੋਈ ਵੀ ਮੌਕਾ ਨਹੀਂ ਖਿਜਾਉਂਦੇ ਉੱਥੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਰੇ ਸੰਸਾਰ ਦੇ ਵਿੱਚ ਪ੍ਰੋਗਰਾਮ ਅਲੀਕੇ ਜਾ ਰਹੇ ਨੇ। ਆ ਅਜੇ ਤਾਂ ਸਾਡੇ ਕੋਲੇ ਸਾਰੀਆਂ ਖਬਰਾਂ ਸਾਰੇ ਦੁਨੀਆ ਭਰ ਚੋਂ ਆ ਰਹੀਆਂ ਨੇ ਕਿ ਭਾਈ ਪਰਮਜੀਤ ਸਿੰਘ ਪੰਜਵੜ ਦਾ ਸ਼ਹੀਦੀ ਦਿਹਾੜਾ ਜਿਹੜਾ ਉਹ ਹਰ ਮੁਲਕ 'ਚ ਮਨਾਇਆ ਜਾ ਰਿਹਾ। ਉਹਨਾਂ ਦੇ ਬੇਟੇ ਨੂੰ ਗੋਲਡ ਮੈਡਲ ਦੇ ਕੇ ਨਵਾਜਿਆ ਜਾ ਰਿਹਾ। ਕਦੇ ਕਿਸੇ ਥਾਂ ਤੋਂ ਖਬਰ ਆਉਂਦੀ ਆ ਕਿ ਉਹਨਾਂ ਦੀ ਫੋਟੋ ਗੁਰਦੁਆਰਾ ਸਾਹਿਬ ਦੇ ਵਿੱਚ ਹੋਰਨਾਂ ਸ਼ਹੀਦਾਂ ਦੇ ਬਰਾਬਰ ਲਾਈ ਜਾ ਰਹੀ ਆ। ਸੋ ਭਾਰਤੀ ਹਕੂਮਤੀ ਤੰਤਰ ਨੇ ਬੇਸ਼ੱਕ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਬਦਨਾਮ ਕਰਨ ਦੀ ਕੋਈ ਕਸਰ ਨਹੀਂ ਛੱਡੀ, ਉਹਨੂੰ ਨਸ਼ੇ ਦਾ ਸੌਦਾਗਰ ਤੇ ਹੋਰ ਭੈੜੀਆਂ ਮਾੜੀਆਂ ਗੱਲਾਂ ਉਹਦੇ ਨਾਂ ਨਾਲ ਜੋੜੀਆਂ ਗਈਆਂ। ਇੱਥੋਂ ਤੱਕ ਕਿ ਇੱਥੋਂ ਇਹ ਕੁਛ ਬੰਦਿਆਂ ਨੂੰ ਯਕੀਨ ਹੋਇਆ ਪਿਆ ਵਾ ਵੀ ਉਹ ਭਾਰਤੀ ਏਜੰਸੀਆਂ ਨਾਲ ਰਲ ਕੇ ਕੰਮ ਕਰਦਾ ਸੀ। ਭਾਈ ਪਰਮਜੀਤ ਸਿੰਘ ਪੰਜਵੜ ਦੇ ਖਿਲਾਫ ਬੜੀਆਂ ਗੱਲਾਂ ਬੜੀਆਂ ਇੱਥੇ ਇੱਕ ਤਿੱਤਾਂ ਇਹੋ ਜਿਹੀਆਂ ਤੋਰੀਆਂ ਗਈਆਂ, ਪਰ ਜਦੋਂ ਉਹਨਾਂ ਦੀ ਸ਼ਹੀਦੀ ਹੋਈ ਤਾਂ ਉਹ ਸਾਰੇ ਧੋਣੇ ਧੋਤੇ ਗਏ। ਅਗਲਾ ਕਹਿੰਦਾ ਹੈ ਕਿ ਜੇਕਰ ਉਹ ਇੰਨਾ ਹੀ ਮਾੜਾ ਸੀ ਇੰਨਾ ਹੀ ਗਲਤ ਸੀ ਤਾਂ ਫਿਰ ਭਾਰਤੀ ਹਕੂਮਤੀ ਤੰਤਰ ਨੇ ਉਹਦਾ ਕਤਲ ਉੱਥੇ ਇੰਨਾ ਖਰਚਾ ਕਰਕੇ ਕਿਉਂ ਕਰਵਾਇਆ। ਸੋ ਉਹਦੀ ਸ਼ਹਾਦਤ ਨੇ ਉਹਨੂੰ ਉਹਨਾਂ ਸ਼ਹੀਦਾਂ ਦੀ ਕਤਾਰ ਚ ਲਿਜਾ ਕੇ ਖੜਾ ਕਰ ਦਿੱਤਾ ਜਿਹਨਾਂ ਦਾ ਜ਼ਿਕਰ ਅਸੀਂ ਅਰਦਾਸ ਵਿੱਚ ਕਰਦੇ ਹਾਂ। ਅੱਜ ਉਹਨਾਂ ਦੇ ਘਰ ਕਮਾਈ ਨੂੰ ਥਾਂ ਥਾਂ ਤੇ ਸਲਾਮਾਂ ਹੋ ਰਹੀਆਂ, ਸਮਾਗਮ ਹੋ ਰਹੇ ਨੇ, ਫੋਟੋ ਜਿਹੜੀ ਆ ਥਾਂ ਥਾਂ ਤੇ ਉਹਨਾਂ ਦੀ ਗੁਰਦੁਆਰਿਆਂ 'ਚ ਲਾਈ ਜਾ ਰਹੀ ਆ, ਬੇਟਿਆਂ ਨੂੰ ਪਰਿਵਾਰ ਨੂੰ ਗੋਲਡ ਮੈਡਲ ਨਾਲ ਸਮਾਗਮਾਂ ਬਾਰੇ ਥਾਂ ਥਾਂ ਦੇ ਉੱਤੇ ਚਰਚਾ ਚੱਲ ਪਈ ਆ ਤੇ ਸਾਨੂੰ ਇਸ ਗੱਲ ਦੀ ਤਸੱਲੀ ਆ ਕਿ ਬੇਸ਼ੱਕ ਹਾਲਾਤ ਜਿਹੜੇ ਆ ਉਹ ਕਿੰਨੇ ਵੀ ਮਾੜੇ ਤੇ ਭੈੜੇ ਆ, ਭਾਵੇਂ ਹਵਾ ਸਾਡੇ ਹੱਕ ਵਿੱਚ ਨਹੀਂ, ਪਰ ਗੁਰੂ ਦਾ ਪੰਥ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਿਹਾ ਤੇ ਅੱਜ ਵੀ ਇਸ ਮੁਕਾਮ ਦੇ ਉੱਤੇ ਆ ਕੇ ਇਸ ਮਾਹੌਲ ਵਿੱਚ ਆ ਕੇ ਗੁਰੂ ਦਾ ਪੰਥ ਚੜ੍ਹਦੀ ਕਲਾ ਵਿੱਚ ਹੈ। ਸੋ ਅੱਜ ਦੇ ਲਈ ਇੱਥੇ ਹੀ ਸਮਾਪਤੀ ਕਰਦੇ ਹਾਂ, ਕੱਲ ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।